ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਨਿਗਾਰਾ ਟੀਵੀ ਕੈਨੇਡਾ। ਅੱਜ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਹਰੀਆਟ ਹੋਸਪਿਟਲ ਦੇ ਕਿ ਜਿੱਥੇ ਕਿ ਇੱਕ ਪੇਸ਼ੈਂਟ ਲਿਆਇਆ ਜਾਂਦਾ ਵਾ ਅਤੇ ਡਾਕਟਰ ਸਾਹਿਬ ਉਹਦੇ ਦੇ ਪਰਿਜਨਾਂ ਤੋਂ 80,000 ਰੁਪਏ ਲੈ ਕੇ ਜਿਹੜੇ ਮੁੱਕਰ ਜਾਂਦੇ ਆ ਅਤੇ ਦੇਰ ਰਾਤ ਉਸ ਬੰਦੇ ਦੀ ਡੈਥ ਹੋ ਜਾਂਦੀ ਆ ਅਤੇ ਉਹ ਗੱਲ ਕਰਦੇ ਹਾਂ ਉਸਦੇ ਪਰਿਵਾਰਕ ਮੈਂਬਰਾਂ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਰ ਇਹਨਾਂ ਨੇ ਕੀ ਨਾਮ ਸਰ ਆਪਣਾ? ਮਨਪ੍ਰੀਤ ਸਿੰਘ। ਮਨਪ੍ਰੀਤ ਸਿੰਘ ਜੀ, ਕੀ ਗੱਲ ਹੋਈ ਹੈ ਜਿਹੜੀ ਇੱਥੇ ਸਾਰਾ ਮਾਜਾ ਹੋਇਆ ਵਾ? ਇਹ ਗੱਲ ਇੱਦਾਂ ਆਈ ਹੈ ਵੀ ਇਹਨਾਂ ਨੇ ਸਾਡੇ ਕੋਲ ਮੈਂ ਕੁਛ ਮਾਤੇ ਮੰਗੇ ਵੀ ਆਪਣਾ 1,25,000 ਰੁਪਏ ਦਿਓ, ਠੀਕ ਹੈ। ਅਸੀਂ ਇਹ ਚਲੋ ਆਪਾਂ ਤੁਹਾਨੂੰ ਥੋੜ੍ਹੀ ਗੱਲ ਦਿੰਦੇ ਹਾਂ ਵੀ ਸਾਡਾ ਬ੍ਰਿਜ ਚਾਲੂ ਕਰੋ ਅਤੇ ਇਹਨਾਂ ਆਪਣਾ ਅਸੀਂ ਚਲੋ ਇਹਨਾਂ 80,000 ਰੁਪਏ ਦੇ ਦਿੱਤਾ, ਠੀਕ ਹੈ। ਸਾਡਾ ਬ੍ਰਿਜ ਚਾਲੂ ਕਰੋ, ਅਸੀਂ 80,000 ਜਮ੍ਹਾਂ ਕਰਾ ਦਿਓ, ਬਾਕੀ ਤੁਹਾਨੂੰ ਬਾਅਦ ਦੇ ਦਾਂਗੇ। ਉਹਦੀ ਗੱਲ ਸਾਡਾ ਚੱਕ ਨਹੀਂ ਰੱਖ ਲਓ ਅਤੇ ਉਹ ਚਲੋ ਆਪਾਂ ਦੇ ਤਾ 80,000 ਹੁਣ ਇਹ ਮੁੱਕਰਨ ਦੇ ਵੀ ਤੁਸੀਂ 80,000 ਸਾਨੂੰ ਦਿੱਤਾ ਦੀਆਂ। ਬੋਡੀ ਡੈਡ ਹੋ ਗਈ, ਜਿਹੜੇ ਪੇਸ਼ੈਂਟ ਸੀ ਉਹ ਕੌਣ ਸੀ? ਤੁਹਾਡੇ ਮੇਰੇ ਭਾਜੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਕੀ ਹੋਣੇ ਡੈਡ ਬੋਡੀ ਦੇਣ ਤੋਂ ਇਨਕਾਰ ਕਰ ਰਹੇ ਦੇਖਿਆ ਗਿਆ ਕਿ ਇੱਥੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਵਾ, ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਸਾਨੂੰ ਇਹ ਜਾਣ ਪੈਸੇ ਸਾਡੇ ਵਾਪਸ ਕੀਤੇ ਹਨ। ਬੰਦਾ ਗਰੀਬ ਹੈਗਾ, ਇਹੀ ਪੈਸੇ ਆਪਾਂ ਉਹਨਾਂ ਦੇ ਘਰ ਪ੍ਰਸ਼ਾਸਨ ਆ ਉਹ ਮਤਲਬ ਮੁੱਕਰ ਰਿਹਾ ਪੈਸੇ ਉਹ ਮੁੱਕਰ ਰਿਹਾ ਉਹ ਮੁੱਕਰ ਗਿਆ ਜਿਹੜਾ ਮੁੱਕਰ ਰਿਹਾ ਨਹੀਂ ਸਟਾਫ ਹੈ ਨਹੀਂ ਇਹਨਾਂ ਦਾ, ਸਾਰੇ ਭਾਈ ਉੱਡ ਗਏ। ਹੁਣ ਉਹਨਾਂ ਦੇ ਕਾਫੀ ਬੰਦੇ ਇਕੱਠੇ ਹੋਏ ਸੀ ਪੁਲਿਸ ਡਿਪਾਰਟਮੈਂਟ ਦੇ ਵਿੱਚ, ਕੀ ਇਹਨਾਂ ਨੇ ਕੀ ਆਸ਼ਵਾਸਨ ਦਿੱਤਾ? ਇਹਨਾਂ ਨੇ ਵੀ ਆਪਣਾ ਟਾਈਮ ਰੱਖ ਲਿਆ, ਉਹ ਕਹਿੰਦੇ ਟਾਈਮ ਰੱਖ ਲਓ, ਸ਼ਾਮ ਦਾ ਟਾਈਮ ਰੱਖੋ, ਮਤਲਬ ਤੁਸੀਂ ਸੰਸਕਾਰ ਵਗੈਰਾ ਆਪਣਾ ਕਰ ਲਓ। ਅੱਜ ਵੀ ਕੁੱਲ ਮਿਲਾ ਕੇ ਅਨਾਕਾਨੀ ਕਰ ਰਹੇ ਪੈਸੇ, ਅਨਾਕਾਨੀ ਕਰ ਲਏ ਪੈਸੇ ਨਹੀਂ ਉਹ ਦੇ ਦੇ ਫੈਸਲਾ ਆਪਣਾ ਵੀ ਟਾਈਮ ਦਿੱਤਾ, ਤੁਹਾਡਾ ਸ਼ਾਮ ਫੈਸਲਾ ਹੈ। ਅਸੀਂ ਬੋਡੀ ਉਦੋਂ ਚੁੱਕਣੀ ਜਦੋਂ ਪੈਸੇ ਮਿਲੇ, ਤੁਹਾਡਾ ਹੁਣ ਕੀ ਕੀ ਅਗਲਾ? ਸਾਡਾ ਇਹ ਵੀ ਹੋਣਾ ਹੀ ਆ ਬੋਡੀ ਹੈ ਚੁੱਕਣੀ, ਜਿੰਨਾ ਸਾਫ ਮਿਲਣਾ ਚਾਹੀਦਾ, ਸਾਫ ਹੋਣਾ ਚਾਹੀਦਾ ਤੁਹਾਡਾ, ਪੈਸੇ ਹੀ ਨਹੀਂ ਲੈਣੇ ਨਾ। ਤੁਸੀਂ ਦੇਖਿਆ ਕਿ ਜਿਵੇਂ ਕਿ ਪਰਿਵਾਰਕ ਮੈਂਬਰਾਂ ਦਾ ਇੱਕ ਕਥਨ ਹੈ ਕਿ ਅਗਰ ਡੈਡ ਬੋਡੀ ਅਸੀਂ ਲੈ ਗਏ ਤਾਂ ਇਹਨਾਂ ਨੇ ਸਾਨੂੰ ਕੋਈ ਪੈਸਾ ਨਹੀਂ ਦੇਣਾ, ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਦਾ ਹੋਸਪਿਟਲ ਦਾ ਸਟਾਫ ਆ ਪੀੜਤ ਪਰਿਵਾਰ ਨੂੰ ਕਿੰਨਾ ਕੁ ਇਨਸਾਫ ਦੇ ਪਾਉਂਦਾ ਵਾ। ਨਿਗਾਰਾ ਟੀਵੀ ਕੈਨੇਡਾ ਵਾਸਤੇ ਅੰਮ੍ਰਿਤਸਰ ਤੋਂ ਹਰਦੇਵ ਪ੍ਰੀਤ ਸਿੰਘ।